ਨੇਮ ਪਲੇਟ ਕਿੱਥੇ ਤੁਹਾਡੀ ਮਾਰ ਮੈਂ ਕੋਈ ਕਤਲ ਕੀਤਾ ਮੈਂ ਪਈ ਮਾਰੀ ਨਾ ਪਹਿਲਾਂ ਕਹਿ ਤਾ ਸਸਪੈਂਡ ਦਾ ਕਰਾਉਂਗਾ ਮੈਂ ਅੱਜ ਹੱਥ ਲਾਇਆ ਹੱਥ ਨਾ ਲਾਓ ਸਰ ਹੱਥੋਂ ਪਾਈ ਨਾ ਕਰੀ ਯਾਰ ਆਹ ਵੀਡੀਓ ਮੈਂ ਐਸ ਐਸ ਪੀ ਦਫ਼ਤਰ ਲੈ ਕੇ ਜਾਣੀ ਆ ਸੈਨੀਟਾਈਜ਼ਰ ਕਿੱਥੇ ਆ ਇਹ ਕਿਹੜਾ ਕਰੋਨਾ ਕਿੱਥੇ ਸੈਨੀਟਾਈਜ਼ਰ ਆਰ ਸੀਆਂ ਨੂੰ ਹੱਥ ਲਾਈ ਜਾਂਦੇ ਹੋ ਕਰੋਨਾ ਨਹੀਂ ਹੁੰਦਾ ਤੁਹਾਨੂੰ ਸੈਨੀਟਾਈਜ਼ਰ ਕਿੱਥੇ ਆ ਕਾਹਦਾ ਪਰਚਾ ਕਰਨਾ ਜੀ ਕੋਰੋਨਾ ਵਾਇਰਸ ਦੀ ਮਹਾਮਾਰੀ 'ਚ ਪੰਜਾਬ ਪੁਲਿਸ ਲਗਾਤਾਰ ਆਪਣੀ ਡਿਊਟੀ ਨਿਭਾ ਰਹੀ ਹੈ ਅਤੇ ਲੋਕਾਂ ਨੂੰ ਵਾਰ ਵਾਰ ਘਰੇ ਰਹਿਣ ਦੀ ਅਪੀਲ ਕਰ ਰਹੀ ਹੈ ਅਤੇ ਇਸਦੇ ਚੱਲਦਿਆਂ ਹੁਣ ਪੰਜਾਬ ਪੁਲਿਸ ਉੱਪਰ ਵੀ ਕਈ ਸਵਾਲ ਉੱਠਣ ਲੱਗੇ ਨੇ ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੁੰਦੀਆਂ ਨੇ ਜਿਸ 'ਚ ਉਹਨਾਂ 'ਤੇ ਕਈ ਵਾਰ ਧੱਕੇਸ਼ਾਹੀ ਦੇ ਇਲਜ਼ਾਮ ਲੱਗਦੇ ਨੇ ਕਈ ਵਾਰ ਰਿਸ਼ਵਤਖੋਰੀ ਦੇ ਇਲਜ਼ਾਮ ਲੱਗਦੇ ਨੇ ਪਰ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਬਿਨਾਂ ਨੇਮ ਪਲੇਟ ਲਗਾਏ ਬੈਠਾ ਚਲਾਨ ਕੱਟ ਰਿਹਾ ਹੈ ਅਤੇ ਉਸਦਾ ਕਹਿਣਾ ਹੈ ਕਿ ਪੁਲਿਸ ਵਾਲੇ ਨੇ ਬਿਨਾਂ ਵਜ੍ਹਾ ਉਸਦੇ ਥੱਪੜ ਵੀ ਮਾਰਿਆ ਹੈ ਇੱਕ ਵਾਰ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਨੇਮ ਪਲੇਟ ਇਹ ਕੀ ਗੱਲ ਪੀ ਲੈਣ ਦੀ ਕਿਹੜੀ ਗੱਲ ਹੋਈ ਬਣਾ ਸਕਦਾ ਮੈਂ ਨੇਮ ਪਲੇਟ ਕਿੱਥੇ ਤੁਹਾਡੀ ਮਾਰ ਮੈਂ ਕੋਈ ਕਤਲ ਕੀਤਾ ਮੈਂ ਨੇਮ ਪਲੇਟ ਕਿੱਥੇ ਆ ਤੁਸੀਂ ਚਲਾਨ ਕਰ ਸਕਦੇ ਆ ਤੁਸੀਂ ਚਲਾਨ ਪਈ ਮਾਰੀ ਨਾ ਪਹਿਲਾਂ ਕਹਿ ਤਾ ਸਸਪੈਂਡ ਦਾ ਕਰਾਉਂਗਾ ਮੈਂ ਅੱਜ ਹੱਥ ਲਾਇਆ ਹੱਥ ਨਹੀਂ ਲਾਉਣਾ ਕਰੋਨਾ ਦੋ ਫੁੱਟ ਦਾ ਗੈਪ ਹੱਥ ਨਾ ਲਾਓ ਸਰ ਹੱਥੋਂ ਪਾਈ ਨਾ ਕਰੀ ਯਾਰ ਮੋਬਾਈਲ ਨਹੀਂ ਖੋ ਸਕਦਾ ਮੈਂ ਤੈਨੂੰ ਕੁਛ ਗਲਤ ਕਿਹਾ ਇਹ ਵੀਡੀਓ ਮੈਂ ਐਸ ਐਸ ਪੀ ਦਫ਼ਤਰ ਲੈ ਕੇ ਜਾਣੀ ਆ ਤੁਹਾਨੂੰ ਦੱਸਦਾ ਮੈਂ ਇਹ ਨੇਮ ਪਲੇਟ 15 ਦਿਨ ਹੋ ਗਏ ਨਹੀਂ ਲਾਈ ਐਵੇਂ ਚਲਾਨ ਕੱਢਦਾ ਲੋਕਾਂ ਦੇ ਵੀਡੀਓ ਪਈ ਤੇਰੀ ਮੇਰੇ ਕੋਲ ਧੱਕਾ ਕਰਦਾ ਜਿਹੜਾ ਤੂੰ ਲੋਕਾਂ ਨਾਲ ਮੈਨੂੰ ਤੇ ਰੋਕਿਆ ਨੀ ਤੂੰ ਐਵੇਂ ਹੱਥੀ ਪਈ ਜਾਂਦਾ ਮੇਰੇ ਨਹੀਂ ਮਾਮਾ ਇਹਨਾਂ ਡਰਾਮਾ ਲਾਇਆ ਹਰ ਮਹੀਨੇ ਦਾ ਇਹ ਮੈਂ ਮੀਡੀਆ ਵਾਲੇ ਨੂੰ ਦੇਣੀ ਆ ਅਮਰਿੰਦਰ ਪ੍ਰੈਸ ਰਿਪੋਰਟਰ ਆਪਣਾ ਭਰਾ ਇਹਨਾਂ ਨੂੰ ਦੱਦਾ ਨਹੀਂ ਇਹ ਨੇਮ ਪਲੇਟ ਨਹੀਂ ਲਾਈ ਹੁੰਦੀ ਮੇਰੇ ਕੋਲ ਵੀਡੀਓ ਪਈ ਆ ਦੀ ਧੱਕੇ ਨਾਲ ਲੋਕਾਂ ਦੇ ਨਜਾਇਜ਼ ਚਲਾਨ ਕਰਦਾ ਫੁੱਦੂ ਥੋੜੇ ਹੈਗੇ ਸੀ ਹੱਥ ਵੀ ਚੱਕਿਆ ਜਵਾਬ ਤਾਂ ਲਾਊਂਗਾ ਤੇਰੇ ਕੋਲ ਮੈਂ ਏਦਾਂ ਥੋੜੇ ਜਾਣ ਦੇਣਾ ਤੈਨੂੰ ਮੈਂ ਬਿਨਾਂ ਨੇਮ ਪਲੇਟ ਤੋਂ ਬੈਠੇ ਚਲਾਨ ਕੱਟੀ ਜਾਂਦੇ ਆ ਮੈਂ ਰਹਿੰਦਾ ਮੈਂ ਘਰ ਦੇ ਬਾਹਰ ਖੜਾ ਮੈਨੂੰ ਕੁਛ ਕਹਿ ਥੋੜੇ ਸਕਦੇ ਮੇਰਾ ਘਰ ਹੈ ਇੱਥੇ ਮੇਰਾ ਘਰ ਹੈ ਮੈਂ ਘਰ ਦੇ ਬਾਹਰ ਖੜਾ ਆਪਣੇ ਚਪੇੜ ਮਾਰੀ ਮਾਮਾ ਮੈਂ ਏਦਾਂ ਥੋੜੇ ਜਾਣ ਦੇਣਾ ਇਹਨੂੰ ਪੁਲਿਸ ਲੱਗ ਗਈ ਰੱਬ ਥੋੜੇ ਲੱਗ ਗਿਆ ਪੁਲਿਸੀ ਆ ਭਰਾ ਏ ਐਸ ਆਈ ਮੇਰਾ ਸੀ ਏ ਸਟਾਫ ਦਾ ਪਵਾਨਾ ਮੱਥੇ ਲਵਾਨਾ ਤੇਰੇ ਚਪੇੜ ਕਿੱਦਾਂ ਮਾਰੀ ਮੇਰੇ ਚਪੇੜ ਕਿੱਦਾਂ ਮਾਰ ਬਣਾਓ ਭਾਜੀ ਬਣਾਓ ਚਪੇੜ ਦਾ ਜਵਾਬ ਲੈਣਾ ਮੈਂ ਤੇਰੇ ਕੋਲੋਂ ਨੇਮ ਪਲੇਟ 15 ਦਿਨ ਹੋ ਗਏ ਵੀਡੀਓ ਪਈ ਤੇਰੀ ਬੇਵਜ੍ਹਾ ਮਾਸਕ ਲੱਗਿਆ ਦੇ ਮਾਸਕ ਦੇ ਚਲਾਨ ਕੱਟੇ ਨਾ ਮੇਰੇ ਕੋਲ ਵੀਡੀਓ ਪਈ ਵੀਡੀਓ ਪ੍ਰੂਫ ਨਾਲ ਗੱਲ ਕਰਦਾ 3.5 ਮਿੰਟ ਦੀ ਵੀਡੀਓ ਬਣਾਈ ਤੇਰੀ ਮੈਂ ਕੋਲ ਖੜੇ ਹੋ ਕੇ ਮਾਸਕ ਪਾਇਆ ਦੇ ਮਾਸਕ ਦੇ ਚਲਾਨ ਕੱਟਦਾ ਬਣਾਉਣੀ ਆ ਇਹ ਦੇਖ ਲਓ ਜੀ ਬਿਨਾਂ ਇਹ ਕੋਈ ਸਟਾਰ ਨਹੀਂ ਲੱਗਾ ਏ ਐਸ ਆਈ ਨਹੀਂ ਹੈਗਾ ਨੇਮ ਪਲੇਟ ਲਾ ਕੇ ਚਲਾਨ ਕੱਟਣ ਡਿਆ ਜੀ ਜਵਾਬ ਦੇਣਾ ਜਵਾਬ ਚਪੇੜ ਵੀ ਮਾਰੀ ਮੂੰਹ ਤੇ ਵੱਟ ਕੇ ਚੈਨ ਵੀ ਤੋੜੀ ਏ ਆਹ ਵੀ ਤੋੜੀ ਹੈ ਹੁਣ ਕਰੋਨਾ ਨੀ ਜਦੋਂ ਹੱਥੀ ਪੈ ਜਾਂਦੇ ਹੋ ਹੱਥੀ ਪੈ ਜਾਂਦੇ ਕਰੋਨਾ ਨੀ ਹੁੰਦਾ ਤੁਹਾਨੂੰ ਹੱਥੀ ਪੈ ਗਿਆ ਕਰੋਨਾ ਨੀ ਹੋਇਆ ਤੈਨੂੰ ਓਦਾਂ ਕਰੋਨਾ ਦਾ ਚਲਾਨ ਕੱਢਦੇ ਹੋ ਨਹੀਂ ਨਹੀਂ ਭਾਜੀ ਹੱਥੀ ਪੈ ਗਏ ਕਰੋਨਾ ਨੀ ਆਹ ਮੈਨੂੰ ਟੱਚ ਕਰਦੇ ਆ ਕਰੋਨਾ ਨੀ ਆਹ ਲੋਕੋ ਦੇਖੋ ਤੁਸੀਂ ਇੰਨੇ ਹੋ ਗਏ ਹੋ ਜਦੋਂ ਆ ਜਾਂਦੇ ਉਦੋਂ ਕਰੋਨਾ ਨੀ ਹੁੰਦਾ ਇਹਨਾਂ ਨੂੰ ਓਦਾਂ ਕਰੋਨਾ ਦੇ ਚਲਾਨ ਕੱਟਣ ਡੇ ਆ ਮੈਂ ਬੇਨਤੀ ਕੀਤੀ ਮੈਂ ਪੈਰੀ ਪਵਾਂ ਤੇਰੇ 15 ਦਿਨ ਹੋ ਗਏ ਮੈਂ ਤੈਨੂੰ ਰੋਜ਼ ਬੇਨਤੀ ਕਰਦਾ ਤੈਨੂੰ ਕਹਿ ਸਰ ਆਖਰੀ ਦਿਨ ਨਾ ਸਮਾਨ ਆਇਆ ਫੇਰ ਤੂੰ ਭਾਰੇ ਭੱਜੀ ਜਾਂਦਾ ਭਾਈ ਗੱਡੀ ਘਰ ਦਾ ਸਮਾਨ ਆ ਤੇਰੇ ਅੱਗੇ ਬੇਨਤੀ ਕੀਤੀ ਨਾ ਕੈਲੈਂਡਰ ਪੈਣਾ ਆਖਰੀ ਦਿਨ ਨਾ ਤੈਨੂੰ ਬੇਨਤੀ ਕੀਤੀ ਆ ਤੂੰ ਤੇ ਜੱਜ ਬਣ ਗਿਆ ਰੱਬ ਲੱਗ ਗਿਆ ਜਿੱਦਾਂ ਮੇਰੇ ਦੇ ਕੋਂਸਟੇਬਲ ਹੋ ਕੇ ਤੂੰ ਪਤਾ ਨੀ ਕਿਹੜੀ ਹਵਾ ਚ ਫਿਰਦਾ
तेरी वीडियो भाई मेरे को 3.5 मिनट दी बिना नेम प्लेट तो बहना इतने 15 दिन पुरानी वीडियो 15 दिन पुरानी सस्पेंड करवाऊंगा तेन मैं कह दी भरा भी एस आई है वकील भी है भरा प्रेस रिपोर्टर भी आ घसीटूंगा सारे पासे तेन आहो सारे पासे घसीटूंगा तू भुलेखे च ना रही किसी छी भाई सैनिटाइजर कितने आ ਕਿਹੜਾ ਕਰੋਨਾ ਕਿੱਥੇ ਸੈਨੀਟਾਈਜ਼ਰ ਆਰਸੀਆਂ ਨੂੰ ਹੱਥ ਲਾਈ ਜਾਂਦੇ ਹੋ ਕਰੋਨਾ ਨਹੀਂ ਹੁੰਦਾ ਤੁਹਾਨੂੰ ਸੈਨੀਟਾਈਜ਼ਰ ਕਿੱਥੇ ਆ ਕਾਹਦਾ ਪਰਚਾ ਕਰਨਾ ਜੀ ਬੋਲਣ ਦਾ ਪਰਚਾ ਕਰਨਾ ਪਾਕਿਸਤਾਨ 'ਚ ਨਹੀਂ ਰਹਿੰਦਾ ਮੈਂ ਇੰਡੀਆ 'ਚ ਰਹਿੰਦਾ ਬੋਲਣ ਦਾ ਹੱਕ ਆ ਮੈਨੂੰ ਬੋਲਣ ਦਾ ਤੇ ਫਿਰ ਚਪੇੜ ਕਿੱਦਾਂ ਮਾਰੀ ਜੇ ਮੈਨੂੰ ਰੋਕਿਆ ਨਹੀਂ ਚਪੇੜ ਕਿੱਦਾਂ ਮਾਰੀ ਆਹ ਚੈਨੀ ਕਿੱਦਾਂ ਤੋੜੀ ਆ ਕਿੰਨੇ ਤੋੜੀ ਆ ਆਹ ਵੀਡੀਓ ਬਣੀ ਆ ਆਹ ਮੁਕਰ ਜਾ ਮੁਕਰ ਮੁਕਰਨ ਦਿੰਦਾ ਮੈਂ ਜਾਨ ਕਿੱਦਾਂ ਦੇ ਭਾਈ ਤੈਨੂੰ ਪਤਾ ਨੀ ਇੱਥੇ ਰਹਿਣਾ 1000 ਵਾਰੀ ਰਿਕੁਐਸਟ ਕੀਤੀ ਆ ਮੈਂ ਇਹ ਜਾਣ ਕੇ ਪੰਗੇ ਲੈਂਦਾ ਉਹਦੇ ਨੇਮ ਪਲੇਟ ਪਾਈ ਉਹਨੇ ਨੇਮ ਪਲੇਟ ਪਾਈ ਆ ਮਾਰੀ ਇਹਨੇ ਮੈਂ ਤੇ ਨਾ ਗੱਲ ਹੀ ਕਰਦਾ ਪਿਆ ਨਾ ਉਹ ਹੈਲੋ ਮੈਂ ਗੱਲ ਹੀ ਕਰਦਾ ਪਿਆ ਚਪੇੜ ਕਿੱਦਾਂ ਮਾਰੀ ਆ ਭਾਈ ਚਪੇੜ ਖਾ ਕੇ ਤੂੰ ਹੌਲੀ ਬੋਲੂਗਾ ਚਪੇੜ ਖਾ ਕੇ ਮੁਕੇਸ਼ ਭਰਾ ਹੌਲੀ ਬੋਲੂਗਾ ਹੁਣ ਪਬਲਿਕ ਚ ਕੋਈ ਵੀ ਬੰਦਾ ਚਪੇੜ ਮਾਰ ਦੂ ਹੌਲੀ ਬੋਲੂਗਾ ਮੇਰੀ ਸਿਚੁਏਸ਼ਨ ਤੇ ਆ ਫੇਰ ਬੋਲ ਚਪੇੜ ਖਾ ਕੇ ਹੌਲੀ ਬੋਲੂਗਾ ਮੈਂ ਪਹਿਲਾਂ ਹੌਲੀ ਬੋਲਦਾ ਪਿਆ ਸੀ ਮੈਂ ਹੌਲੀ ਬੋਲਦਾ ਪਿਆ ਸੀ ਇਹਨੇ ਚਪੇੜ ਮਾਰੀ ਮੈਂ ਉੱਚੀ ਹੋ ਗਿਆ ਇਹਨੇ ਕਿਹਾ ਨਾ ਮੈਨੂੰ ਉੱਚੀ ਬੋਲ ਇਹਨੇ ਚਪੇੜ ਮਾਰੀ ਮੈਂ ਉੱਚੀ ਹੋ ਗਿਆ ਮੈਂ ਤੇ ਕੋਈ ਜਵਾਬ ਲੈਣਾ ਖੇਡ ਨੀ ਪੜ੍ਹਿਆ ਲਿਖਿਆ ਗ੍ਰੈਜੂਏਟ ਆ ਤੁਹਾਡੇ ਤੋਂ ਜ਼ਿਆਦਾ ਪੜ੍ਹਿਆ ਆਹੋ ਇਹ ਕਾਨੂੰਨ ਜਿਹੜੇ ਨਾ ਮੈਨੂੰ ਮੇਰੇ ਤੇ ਨਾ ਝਾੜੀ ਆਪ ਗਲਤ ਹੈ ਨਾ ਲੋਕਾਂ ਨੂੰ ਸਹੀ ਨਾ ਕਰ ਪਹਿਲਾਂ ਆਪ ਸਹੀ ਹੋ ਹਾਂ ਨੇਮ ਪਲੇਟ ਕਿੱਥੇ 15 ਦਿਨ ਹੋ ਗਏ ਏਦਾਂ ਹੀ ਪਹਿਲਾਂ ਚਲਾਨ ਕੱਟਦਾ ਏਸ ਆਈ ਤੂੰ ਏਸ ਆਈ ਆ ਤੂੰ ਕੱਟੇ ਆ ਸੈਨ ਅਭੀ ਵੀਡੀਓ ਬਣੀ ਆ ਮੈਂ ਸਭ ਉੱਥੇ ਦਊਂਗਾ ਕਿਉਂ ਟੈਨਸ਼ਨ ਲੈਣਾ ਕਿਉਂ ਟੈਨਸ਼ਨ ਲੈਣਾ ਮੈਂ ਬਿਨਾਂ ਪਰੂਫ ਤੋਂ ਥੋੜੇ ਬੋਲੀ ਜਾਂਦਾ ਮੈਂ ਕੋਈ ਸ਼ਦਾਈ ਨੀ ਅਨਪੜ੍ਹ ਨੀ ਹੈਗਾ ਬਿਨਾਂ ਪਰੂਫ ਤੋਂ ਬੋਲਦਾ ਨਹੀਂ ਨਹੀਂ ਭਾਜੀ ਇਹਨਾਂ ਨੂੰ ਹੈਗੀ ਤੁਹਾਡੀ ਚਲਾਨ ਕੱਟਣ ਦੀ ਉਹਨੇ ਕੀਤਾ ਭਾਜੀ ਵੀਡੀਓ ਬਣ ਗਈ ਆ ਸੁਰਿੰਦਰ ਸਿੰਘ ਜੀ ਵੀਡੀਓ ਬਣ ਗਈ ਆ ਇਹਨੇ ਚਲਾਨ ਕੀਤਾ ਹੁਣ ਵੀ ਉਹੀ ਲੱਗਾ ਹੁਣ ਕਿਹਦੇ ਕੋਲ ਆ ਚਲਾਨ ਬੁੱਕ ਹੈਲੋ ਹੁਣ ਕਿਹਦੇ ਕੋਲ ਇਸ ਟਾਈਮ ਸੈਨ ਇਹਨੇ ਕੀਤੇ ਨਾ ਭਾਜੀ ਸੈਨ ਕਿੰਨੇ ਕੀਤੇ ਤੁਹਾਡੇ ਚਲਾਨ ਤੇ ਭਾਈ ਸੱਚ ਬੋਲੋ ਡਰੋ ਨਾ ਕਿੰਨੇ ਕੀਤੇ ਚਲਾਨ ਤੇ ਸੈਨ ਬੋਲੋ ਹੁਣ ਜੋ ਮਰਜ਼ੀ ਕਰੀ ਜਾਓ ਹੁਣ ਜੋ ਮਰਜ਼ੀ ਕਰੀ ਜਾਓ ਹੁਣ ਜੋ ਮਰਜ਼ੀ ਕਰੀ ਜਾਓ ਯਾਰ ਮੈਂ ਤੈਨੂੰ ਆਪਣੀ ਪੜ੍ਹਾਈ ਲਿਖਾਈ ਦੱਸੂਗਾ ਹੁਣ ਦੁਨੀਆ ਅੱਕੀ ਪਈ ਤੁਹਾਡੇ ਕੋਲੋਂ ਅੱਕੀ ਪਈ ਆ ਤੂੰ ਸਿਰ ਤੇ ਬਹਿ ਗਿਆ ਚੜ ਕੇ ਪੁਲਿਸ ਆ ਪੁਲਿਸ ਜੱਜ ਨੀ ਲੱਗ ਗਿਆ ਤੂੰ ਬੜਾ ਹੁੰਦਾ ਹਾਂ ਤੇਰੇ ਤੂੰ ਵੱਡੇ ਭਰਾ ਵਾ ਭਰਾ ਵੱਡਾ ASICA ਦਾ ਆ ਲੈਂਦੇ ਬਹਿਣ ਕਹਿੰਦਾ ਚਪੇੜ ਮਾਰੀ ਮੇਰੇ ਰੋਡ ਤੇ ਖੜੇ ਹੋ ਗਏ ਚਪੇੜ ਮਾਰੀ ਚਪੇੜ ਸਾਰਾ ਗਲਾ ਘੋੜ ਦੋ ਉਦਾਂ ਲੋਕਾਂ ਦਾ ਨਹੀਂ ਨਹੀਂ ਲੋਕਾਂ ਦਾ ਗਲਾ ਘੋੜ ਦੋ ਮਾਰ ਦੋ ਦੁਨੀਆਂ ਨੂੰ ਮੈਂ ਤੈਨੂੰ ਕੁਛ ਚੰਗਾ ਮਾੜਾ ਬੋਲਿਆ ਤੂੰ ਚਪੇੜ ਕਿੱਦਾਂ ਮਾਰੀ ਸਰ ਹੱਥ ਨਾਲ ਉਹ ਕਰੋਨਾ 6 ਫੁੱਟ ਦਾ ਗੈਪ ਇਹ ਇੱਥੇ ਖੜੋ ਇੱਥੇ ਖੜੋ 6 ਫੁੱਟ ਦਾ ਗੈਪ ਰੱਖੋ ਯਾਰਾ ਤੁਹਾਨੂੰ ਮੈਂ ਕਾਨੂੰਨ ਸਿਖਾਉਣਾ ਹੁਣ ਤੈਨੂੰ ਤੇ ਮੈਂ ਸਿਖਾਉਂਗਾ ਕਿਉਂ ਟੈਨਸ਼ਨ ਲੈਣਾ ਮੇਰਾ ਵੀਰ ਤੈਨੂੰ ਤੇ ਮੈਂ ਸਿਖਾਉਣਾ ਕੱਟ ਹੁਣ ਤੂੰ ਕਿਸੇ ਦਾ ਨਜਾਇਜ਼ ਚਲਾਨ ਜਾਂ ਮੈਂ ਆਪਣੇ ਪਿਓ ਦਾ ਨੀ ਜੇ ਤੈਨੂੰ ਇੱਕ ਨਜਾਇਜ਼ ਚਲਾਨ ਕੱਟਣ ਦਊਂਗਾ ਇੱਥੇ ਪੂਰਾ ਦਿਨ ਵਿਹਲਾ ਖੜਾ ਰਹੂੰਗਾ ਵੀਡੀਓ ਬਣਾਊਂਗਾ ਤੁਹਾਡੀ ਮੈਂ ਰੋਕ ਨੀ ਸਕਦਾ ਪੂਰਾ ਦਿਨ ਖੜਾ ਰਹੂੰਗਾ ਇੱਥੇ ਮੈਂ ਵਿਹਲਾ ਹੁਣ ਮੈਂ ਤੂੰ ਕੱਟ ਕਿਸੇ ਦਾ ਚਲਾਨ ਬੇਵਜ੍ਹਾ ਕੱਟ ਹੋ ਗਿਆ ਧੱਕਾ ਜਿਹੜਾ ਹੁਣ ਤੱਕ ਕਰਨਾ ਹੀ ਕਰਤਾ ਮੇਨਾ ਪੰਗਾ ਪੈ ਗਿਆ ਹੁਣ ਕਰ ਕੇ ਇਹਨਾਂ ਨਜਾਇਜ਼ ਉਹ ਨਹੀਂ ਮਾਮਾ ਬੜੀ ਦੇਰ ਦਾ ਇਹਨਾਂ ਨੂੰ ਦੇਦਾ ਜੀ ਸਰ ਇਹ ਹੈਗੇ ਸਰ ਦੇ ਲੈਕ ਦੇ ਇਹ ਵਰਦੀ ਜਿਹਾ ਹੱਥ ਚੱਕਿਆ ਤੂੰ ਮੇਰੇ ਤੇ ਹਾਂ ਤੈਨੂੰ ਇਹ ਵੀ ਗੱਲ ਦੱਸਦਾ ਤੈਨੂੰ ਮੈਂ ਜਾਓ ਭਾਈ ਸਮਾਨ ਲਾਓ ਤੁਸੀਂ ਯਾਰ ਜਾਂ ਆਖਰੀ ਦਿਨ ਨਾ ਮੇਰਾ ਵੀਰ ਕਢਾਓ ਇਹਨਾਂ ਗੱਲ ਸਿਆਪਾ ਨਾ ਪਾਓ ਇਹਦੇ ਲੋਕਾਂ ਨੇ ਰੋਟੀ ਖਾਂਦਾ ਵੀ ਨਹੀਂ ਦੇਖ ਸਕਦੇ ਜਾ ਯਾਰ ਭਾਈ ਕਾਹਦਾ ਚਲਾਨ ਕੀਤਾ ਇਹਨੇ ਤੁਸੀਂ ਸਾਈਨ ਕੀਤੇ ਆ ਉਹਦੇ ਕੋਲ ਕਿੱਦਾਂ ਤੁਸੀਂ ਚਲਾਨ ਕਰਾਈ ਜਾਂਦੇ ਹੋ ASI ਥੋੜੇ ਹੋ ਉੱਥੇ 10 ਬੜੇ ਆ ਉਹ ਕਾਂਸਟੇਬਲ ਆ ਮੈਡਮ ਜੀ ਤੁਸੀਂ ਪੜ੍ਹੇ ਲਿਖੇ ਹੋ ਆਪਣੇ ਡਾਕੂਮੈਂਟ ਕਿਉਂ ਫਟਾ ਰਹੇ ਇਹਨਾਂ ਨੂੰ ਸੋਸ਼ਲ ਡਿਸਟੈਂਸ ਦਾ ਇੱਥੇ ਨਹੀਂ ਪਾਲਣ ਕਰਨਾ ਇਹਨਾਂ ਕੋਲ ਪੁੱਛੋ ਸੈਨੀਟਾਈਜ਼ਰ ਕਿੱਥੇ ਆ
ਡਾਕੂਮੈਂਟਸ ਨੂੰ ਹੱਥ ਨੂੰ ਕਿਉਂ ਲਗਾਉਣ ਦੇ ਰਹੇ ਹੋ ਤੁਸੀਂ? ਗੈਪ ਤੇ ਖੜੇ ਹੋਵੋ, ਇਹਨਾਂ ਕੋਲ ਗਲਵਸ ਪਾਓ ਜਾਂ ਸੈਨੀਟਾਈਜ਼ ਕਰੋ ਹੱਥ ਕਰੋ, ਕਿ ਕਰੋਨਾ ਬਸ ਨਾ ਆ ਰਹੀ ਆ। ਦੱਸੋ ਚਲਾਨ ਕਟਾ ਲੈਂਦੇ ਕਰੋਨਾ ਦਾ, ਸਵਾਲ ਤਾਂ ਕਰੋ ਉਹਨਾਂ ਨੂੰ, ਪੜ੍ਹੇ ਲਿਖੇ ਤੁਸੀਂ? ਕਰੋਨਾ ਦਾ ਭਾਵੇਂ ਮੋਦੀ ਨੇ ਬੜਾ ਕਰ ਕੀਤਾ, ਕਦੋਂ ਇਲੈਕਸ਼ਨ ਹੋਏ ਤਾਂ ਉਹਨੇ 2 ਮਹੀਨੇ ਪਹਿਲਾਂ ਹੀ ਚਲਾਨ ਦੇ ਹੀ ਕੱਢਦੇ ਆ, ਮੋਦੀ ਤਾਂ ਨਹੀਂ ਕਰਦਾ। ਗਲਵਸ ਨਹੀਂ ਪਾਏ ਜੇ, ਗਲਵਸ ਪਾਓ, ਕਰੋ ਸੈਨੀਟਾਈਜ਼ ਕਰੋ, ਏਦਾਂ ਨਾ ਕਰੋ ਡਾਕੂਮੈਂਟਾਂ 'ਚ ਏਦਾਂ। ਮੈਂ ਤੁਹਾਨੂੰ ਪਹਿਲਾਂ ਕਿਹਾ, ਮੈਂ ਤੁਹਾਡੇ ਨਾਲ 2 ਮਹੀਨੇ ਡਿਊਟੀ ਕੀਤੀ ਆ, ਉਹਨਾਂ ਨੇ ਕੀਤਾ, ਉਹਨਾਂ ਨੇ ਕੀਤਾ, ਉਹਨਾਂ ਨੇ ਕੀਤਾ, ਉਹ ਦੇਖੋ ਉਹਨਾਂ ਨੇ ਕੀਤਾ, ਉਹਨਾਂ ਨੇ ਕੀਤਾ ਮੈਡਮ, ਉਹਨਾਂ ਨੇ ਕੀਤਾ। ਨਹੀਂ ਮੈਂ ਦੇਖਿਆ ਨੀ ਤਾਂ ਪੁੱਛਿਆ ਤਾਂ। ਅੱਛਾ ਜੀ, ਚਲੋ ਗੈਪ ਬਣਾਓ ਤੁਸੀਂ, ਗੈਪ ਬਣਾਓ ਤੁਸੀਂ ਵੀ, ਚਲ ਮੈਂ ਮਾਮਾ ਵੀਡੀਓ ਦੇਣੀ ਪ੍ਰੈਸ 'ਚ, ਕਿਉਂ ਟੈਨਸ਼ਨ ਲੈਣਾ ਵੀਰ? ਤੂੰ ਵੀ ਮੁਕੇਸ਼ ਹੈਲਮੇਟ ਨੀ ਪਾ ਕੇ FZO ਖੜਾ ਨਾ, ਹੈਲਮੇਟ ਪਾ ਕੇ ਜਾਈ, ਮੈਂ ਜਾਂਦੇ ਵੀਡੀਓ ਬਣਾਉਣੀ ਆ। ਮੂੰਹ ਬੰਨ ਕੇ, ਉਹ ਮੇਰਾ ਮਾਸਕ, ਉਹ ਪਿਆ, ਉਹ ਫੁੱਲਾਂ ਵਾਲਾ, ਉਹ ਪਿਆ, ਉਹ ਪਿਆ, ਉਹ ਪਿਆ, ਉਹਨੇ ਲਾਇਆ ਚਪੇੜ ਮਾਰ ਕੇ ਮਾਸਕ ਲਾਇਆ, ਉਹਨੇ ਲਾਇਆ। ਤੂੰ ਆਈ ਯਾਰ, ਜੋ ਵੀਡੀਓ ਪੇਸ਼ ਕਰਾਂਗਾ ਤੂੰ ਆ ਜੀ, ਤੇਰੇ ਸਵਾਲ ਤੂੰ ਮੈਂ ਕਿੰਤੂ ਪਰੰਤੂ ਖਤਮ ਹੋ ਜੂਗੇ। ਉਹ ਪਿਆ ਮਾਸਕ ਮੇਰਾ, ਤੂੰ ਹੈਲਮੇਟ ਪਾ ਕੇ ਜਾਈ। ਮੈਂ ਕੀ ਕਿਹਾ, ਉਹ ਚੰਡੀਗੜ੍ਹ ਬੁਲਟ ਕਿਹਦਾ ਖੜਾ ਪੁਰਾਣਾ ਮਾਡਲ? ਜੇ ਅਸੀਂ ਪਬਲਿਕ ਨੰਗਾ ਕਰਨ ਤੇ ਆਏ ਨਾ, ਸਾਰਿਆਂ ਨੂੰ ਨੰਗਾ ਕਰਦੇ ਫਿਰ, ਹਾਂ ਕੋਈ ਲਿਮਿਟ ਹੁੰਦੀ ਬਰਦਾਸ਼ਤ ਕਰਨ ਦੀ? ਹਾਂ ਮੇਰੇ ਤਾਂ ਘਰ ਦੇ ਬਾਹਰ ਖੜੇ, ਮੈਂ ਤੇ ਨਿੱਤ ਪੰਗਾ ਪਾਊਂਗਾ ਤੁਹਾਨੂੰ। ਹਾਂ ਹੈਲਮੇਟ ਪਾ ਕੇ ਜਾਈ, ਪਾ ਕੇ ਉਹ FZ ਖੜਾ ਮੇਰਾ ਵੀਰ ਤੇਰਾ, ਹੈਲਮੇਟ ਪਾ ਕੇ ਜਾਈ। ਮੈਂ ਪਾ ਕੇ ਆਇਆ ਹੈਲਮੇਟ, ਮਾਸਕ ਉਹ ਲਾਇਆ, ਉਹ ਲਾਇਆ, ਪਹਿਲਾਂ ਫੜ 50 ਮਾਸਕ ਆ ਮੇਰੇ ਕੋਲ ਲਾਇਆ। ਉਹਨੂੰ ਉਹਨੂੰ ਕਿਹਾ ਹੱਥੀ ਕਿਉਂ ਪਏ ਸਰ? ਹੈਲੋ ਤੂੰ ਪਾ ਦੇ, ਤੂੰ ਵੀ ਡੰਡਾ ਲੈ ਕੇ ਚੜਿਆ ਮਗਰ, ਤੂੰ ਵੀ ਹੱਥੀ ਪੈਂਦਾ ਮੈਂ ਚੱਲ ਯਾਰ, ਜਾ ਨੀ ਸਰ, ਜਾ ਨੀ ਤੇਰੇ ਗੱਲ ਤੇ ਮਾਲ ਨੀ। ਚਲੋ ਮਾਮਾ, ਮੈਂ ਮੇਰਾ 12 ਭਰ ਗਿਆ ਇਹਨਾਂ ਦਾ ਧੱਕਾ ਦੇਖ ਦੇਖ ਕੇ, ਨਾ ਕੀ ਆਪਣਾ, ਤਾਂ ਹੀ ਨੇਮ ਪਲੇਟ ਲਾਈ ਨਾ, ਕੋਈ ਨਾਂ ਨਾ ਪੜ੍ਹ ਲੇ, 5 ਨੰਬਰ ਥਾਣੇ ਦੇ ਆ, ਕੋਈ ਗੱਲ ਨੀ। ਅੱਛਾ ਜੀ, ਅੱਛਾ ਜੀ, ਤੇ 2 ਹਫ਼ਤੇ ਤੋਂ ਜ਼ਿਆਦਾ ਹੋ ਗਿਆ, ਨਵਾਂ ਨੀ ਬਣ ਗਿਆ ਸਰ? ਹਾਂਜੀ ਸ਼੍ਰੀਮਾਨ ਸਰ, ਸੁਰਿੰਦਰ ਸਰ, ਨਵਾਂ ਨੀ ਬਣ ਗਿਆ? 15 ਦਿਨ ਪੁਰਾਣੀ ਵੀਡੀਓ ਪਈ ਆ, ਏਦਾਂ ਹੀ ਚਲਾਨ ਕੱਟਣ ਡਿਆ, ਮਾਸਕ ਪਾਏ ਦੇ ਚਲਾਨ ਕੱਟਣ ਡਿਆ ਮਾਸਕ ਦੇ, ਇਹਨੂੰ ਪਤਾ ਨੀ ਲੱਗਾ ਕੋਲ ਖੜ ਕੇ ਵੀਡੀਓ ਬਣਾ ਗਿਆ ਮੈਂ। ਪ੍ਰੂਫ ਆ, ਪ੍ਰੂਫ, ਐਵੇਂ ਨੀ ਮੈਂ, ਮੇਰੀ ਆਵਾਜ਼ ਉੱਚੀ ਹੋਈ, ਇਹਨੂੰ ਮੈਂ ਸਸਪੈਂਡ ਕਰਾਉਣਾ। ਚੱਲ ਬਸ, ਵਾਦਾ ਵਾਦਾ, ਸੌ ਖਾਧੀ ਪਿਓ ਦੀ, ਚੱਲ ਬਸ, ਇਹਨੂੰ ਮੈਂ ਏਦਾਂ ਹੀ ਨੀ ਛੱਡਦਾ, ਇਹਨੂੰ ਕਿੱਥੇ ਤੱਕ ਲੈ ਕੇ ਜਾਣਾ ਮੈਂ। ਯੂਟਿਊਬ ਤੇ ਵੀ ਪਾਣੀ, ਵਟਸਐਪ ਤੇ ਵੀ ਪਾਣੀ, ਫੇਸਬੁੱਕ ਤੇ ਵੀ ਪਾਣੀ, ਤੇ ਉੱਥੇ ਪੇਸ਼ ਵੀ ਕਰੂੰਗਾ ਵੀਡੀਓ। ਬਣਾ ਸਕਦੇ, ਸਾਰੀ ਦੁਨੀਆ ਬਣਾ ਸਕਦੀ ਵੀਡੀਓ। ਪਾਣੀ ਆ, ਪਾਣੀ ਕਾਹਦਾ ਪਰਚਾ ਕਰਨਾ ਜੀ? 307 ਦਾ ਕਿ 302 ਦਾ? ਕਾਹਦਾ ਪਰਚਾ ਕਰਨਾ? ਬੋਲਣ ਦਾ ਪਰਚਾ ਕਰਨਾ, ਸੰਗੀ ਘੋੜ ਦੇ। ਚੰਗਾ ਰਹੇਗਾ, ਉਹ ਬਸ ਕਰ, ਹੈਲਮੇਟ ਦਿਓ ਮੇਰਾ, ਵੀਡੀਓ ਬੰਦੀ ਵੀ ਵੀਡੀਓ, ਹਾਂ ਪਲਟੀ ਨਾ ਜਾ ਕੇ ਇੱਕ ਮਿੰਟ ਦੇ, ਚੈਨੀ ਵੀ ਤੋੜੀ ਆ, ਮਾਸਕ ਵੀ ਲਾਇਆ, ਚਪੇੜ ਵੀ ਮਾਰੀ ਆ, ਮੁਕਰਨ ਨਹੀਂ ਦਿੰਦਾ ਮੈਂ। ਦੇਖੀ ਕਿੱਥੇ ਡਿੱਗਾ ਭਾਈ ਹੈਲਮੇਟ, ਫੜੀ ਯਾਰ ਮੇਰਾ ਵੀਰ, ਬੋਲਿਆ ਕਰੋ ਭਾਈ, ਬੋਲਿਆ ਕਰੋ, ਜਿੰਨਾ ਚੁੱਪ ਰਹੋਗੇ ਉਨਾ ਧੱਕਾ ਕਰਨਾ, ਇਹਨਾਂ ਨੇ ਇਨਸਾਨ ਹੈ ਵੀ, ਇਨਸਾਨ ਹੈ। ਵੀਡੀਓ ਪੇਸ਼ ਕਰਨੀ ਆ ਮੈਂ, ਹਾਂ ਕਰਨੀ ਹੈ, ਕਰਨੀ। ਵੀਡੀਓ 'ਚ ਤੁਸੀਂ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਨੌਜਵਾਨ ਪੁਲਿਸ ਮੁਲਾਜ਼ਮਾਂ ਉੱਪਰ ਅਜਿਹੇ ਇਲਜ਼ਾਮ ਲਗਾ ਰਿਹਾ ਹੈ ਕਿ ਇਹ ਬਿਨਾਂ ਨੇਮ ਪਲੇਟ ਤੋਂ ਚਲਾਨ ਕੱਟ ਰਹੇ ਨੇ ਅਤੇ ਲੋਕਾਂ ਨਾਲ ਧੱਕਾ ਕਰ ਰਹੇ ਨੇ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਉਸਨੂੰ ਰੋਕਣ 'ਤੇ ਇਹ ਵੀ ਧਮਕੀ ਦਿੰਦਾ ਹੈ ਕਿ ਤੂੰ ਆਪਣੇ 'ਤੇ ਪਰਚਾ ਨਾ ਕਰਾ ਲਈ। ਇਹ ਵੀਡੀਓ ਕਦੋਂ ਦੀ ਹੈ ਅਤੇ ਕਿੱਥੋਂ ਦੀ ਹੈ, ਇਸ ਬਾਰੇ ਸਾਡਾ ਚੈਨਲ ਕੋਈ ਪੁਸ਼ਟੀ ਨਹੀਂ ਕਰਦਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।